बरेरे उते बत्तियां तू ते जांदे जांदे जरा बिना तकियां लग गयो मुख मोड़ के दिल तोड़ के रखा बाल के बनेरे उते बत्तियां जांदे जांदे जरा बिना तकियां लग रहो मुख मोड़ के दिल को रखा बाल टूट गया सांवला तारा चन तारिया तेरी तेरी बेजुदाई सानू को के मारिया आसा तेरिया है आसा तेरिया रात रात के तू ते जांदे जांदे जरा भी ना thank you.
एक्सपेंसिव के सारे लोग कुछ भी एक्सप्लेन करें दोनों मोस्टली जिन्हें अबाउट 14 इयर्स के एज लेवल से ਉਹਨਾਂ ਦਾ ਡੇਟ ਸਭ ਤੋਂ ਬਿਗ ਪ੍ਰੋਬਲਮ ਸੀ ਲੈਕ ਆਫ ਕੰਫੀਡੈਂਸ ਕੋਈ ਇਧਰ ਦੇਖ ਰਿਹਾ ਕੋਈ ਆਈ ਕੰਟੈਕਟ ਨਹੀਂ ਹੈ ਠੀਕ ਹੈ ਮਾਡਲਿੰਗ ਇਜ਼ ਨਾਟ ਅਬਾਊਟ ਜਸਟ ਟੂ ਗਿਵ ਅ ਪੋਜ਼ ਪੋਜ਼ ਨੂੰ ਉੱਥੇ ਹੀ ਪੋਜ਼ ਕਰਨਾ ਦੈਟਸ ਨਾਟ ਕਾਲਡ ਮਾਡਲਿੰਗ ਜਦੋਂ ਤੁਸੀਂ ਰੈਂਪ ਤੇ ਵਾਕ ਕਰਦੇ ਹੋ ਨਾ ਉੱਥੇ ਤੁਹਾਡਾ ਐਟੀਟਿਊਡ ਕੰਮ ਕਰਦਾ ਉੱਥੇ ਤੁਹਾਡਾ ਕੰਫੀਡੈਂਸ ਦੇਖਿਆ ਜਾਂਦਾ ਪੋਜ਼ ਨਹੀਂ ਰੇਟ ਕਰਦੇ ਆਪਣੇ ਦਿਮਾਗ 'ਚ ਡਿਸਕਨਸੈਪਸ਼ਨ ਆ ਕਿ ਮਾਡਲਿੰਗ ਉੱਥੇ ਜਾ ਕੇ ਖੜੇ ਆਪਾਂ ਪੋਜ਼ ਕਰਦਾ ਦੈਟਸ ਨਾਟ ਮਾਡਲਿੰਗ ਹੈ ਨਾ ਮਾਡਲਿੰਗ ਇਹ ਥੋੜੀ ਬਾਡੀ ਲੈਂਗੁਏਜ ਥੋੜਾ ਐਟੀਟਿਊਡ ਤੇ ਥੋੜਾ ਕੰਫੀਡੈਂਸ छोटे बच्चे ने मॉडलिंग की ਸਭ ਤੋਂ ਵੱਧ ਕੰਫੀਡੈਂਸ ਸੀਗਾ ਐਸ ਕੰਪੈਰੀਟਿਵਲੀ ਜੇ ਆਪਾਂ ਦੇਖੀਏ ਬੜਿਆਂ ਨਾਲੋਂ ਸੋ ਛੋਟੇ ਬੱਚਿਆਂ ਤੋਂ ਸਿੱਖੋ ਕਿ ਸਟੇਜ ਦੇ ਉੱਪਰ ਸਿਰਫ ਕੰਫੀਡੈਂਸ ਹੈ ਇਸ ਤੋਂ ਬਿਨਾਂ ਤੁਸੀਂ ਜੋ ਮਰਜ਼ੀ ਪੋਜ਼ ਕਰ ਲਓ ਤੁਹਾਡੀ ਜਿੰਨੀ ਮਰਜ਼ੀ ਡਰੈਸਿੰਗ ਹੋਵੇ ਉਹ ਕਾਊਂਟ ਨਹੀਂ ਹੋਊਗੀ ਫਿਰ ਤੁਹਾਡਾ ਕੰਫੀਡੈਂਸ ਤੇ ਤੁਹਾਡੀ ਗੱਲ ਕਰਨ ਦਾ ਤਰੀਕਾ ਤੁਹਾਡਾ ਸਪੈਸ਼ਲੀ ਆਈ ਕੰਟੈਕਟ ਇਹ ਹਾਈ ਏਜ ਦੇ ਗਰੁੱਪ ਦੇ ਲਈ ਬਿਲਕੁਲ ਇਹ ਤੋਂ ਅੱਗੇ ਵੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਜਾਣਾ ਹਮੇਸ਼ਾ ਜਿਹੜਾ ਬੰਦਾ ਸਟੇਜ ਤੇ ਖੜ ਕੇ ਜਿਹੜਾ ਕੰਪੇ ਜਿਹੜਾ ਫੋਰਮਲ ਕਿਤੇ ਬੋਲ ਸਕਦਾ ਨਾ ਤਾਂ ਆਪਾਂ ਨੂੰ ਹਮੇਸ਼ਾ ਕੁਛ ਨਾ ਕੁਛ ਇੱਦਾਂ ਦੀਆਂ ਵੀਡੀਓਜ਼ ਵਾਚ ਕਰ ਲੈਣੀਆਂ ਚਾਹੀਦੀਆਂ ਸਪੈਸ਼ਲੀ ਮੈਂ ਤੁਹਾਡੇ ਲਈ ਕਹਿਣਾ ਚਾਹੂੰਗੀ ਤੁਸੀਂ ਗਿਟਾਰ ਯੂਜ਼ ਕੀਤਾ ਸੀਗਾ ਅਤੇ ਆਪਾਂ ਕੁਛ ਮਤਲਬ ਉਸ ਤਰ੍ਹਾਂ ਦੇ ਕੁਛ ਰੈਫਰੈਂਸ ਦੇਖ ਕੇ ਆਈਏ ਕਿ ਜੇ ਕਿਸੇ ਨੇ ਪ੍ਰੋਪਰ ਯੂਜ਼ ਕੀਤਾ ਅਤੇ ਕਿੱਦਾਂ ਕੀਤਾ ਅਤੇ ਕਿਤੇ ਨਾ ਕਿਤੇ ਉਸ ਟਾਈਮ ਦੇ ਦਿਮਾਗ ਦੇ ਵਿੱਚ ਇਹੀ ਸੀਗਾ ਕਿ ਮੈਂ ਗਿਟਾਰ ਵੱਲ ਸਾਰਾ ਧਿਆਨ ਸੀਗਾ ਵਾਕ ਵੱਲ ਆਪਾਂ ਗਿਟਾਰ ਹੀ ਮੈਨੇਜ ਕਰ ਰਹੇ ਸੀਗੇ ਸੋ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਔਰ ਐਕਟਿੰਗ ਬਾਰੇ ਨੌਲੇਜ ਵੀ ਚਾਹੀਦੀ ਦਿੱਤਾ ਔਰ ਆਈ ਕੰਟੈਕਟ ਵੀ ਮਤਲਬ ਮੋਸਟਲੀ ਡਾਂਸਿੰਗ ਦੇ ਵਿੱਚ ਵੀ ਮੈਂ ਦੇਖਿਆ ਕਿ ਆਈ ਕੰਟੈਕਟ ਚਲੋ ਜੱਜੀ ਸਾਹਮਣੇ ਬੈਠੇ ਹੁੰਦੇ ਆ ਤੁਸੀਂ ਸਾਰਿਆਂ ਨਾਲ ਹੀ ਆਈ ਕੰਟੈਕਟ ਬਣਾਉਣਾ ਤੁਸੀਂ ਆਡੀਅੰਸ ਨੂੰ ਵੀ ਆਪਣੇ ਨਾਲ ਬੰਨ ਕੇ ਰੱਖਣਾ ਹੈ ਤੁਸੀਂ ਜੱਜੀਸ ਨੂੰ ਵੀ ਆਪਣੇ ਨਾਲ ਐਂਟਰਟੇਨ ਕਰਨਾ ਹੈ ਤਾਂ ਸਾਰਿਆਂ ਨਾਲ ਹੀ ਆਪਾਂ ਆਪਣਾ ਆਈ ਕੰਟੈਕਟ ਬਣਾਉਣਾ ਹੈ ਤੇ ਉਹ ਮਤਲਬ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਰਿਜ਼ਲਟ ਦੀ ਲਿਸਟ ਕਰ ਲਓ ਨਾ ਤੁਹਾਡੇ ਫਾਈਨਲ ਕੈਟੇਗਰੀ ਦੇ ਵਿੱਚ ਰਿਜ਼ਲਟ ਅਨਾਉਂਸ ਕਰਾਂਗੇ ਏਜ ਕੈਟੇਗਰੀ 3 ਤੋਂ 12 ਏਜ ਦੇ ਵਿੱਚ ਸੈਕਿੰਡ ਰਨਰ ਅਪ ਨੇ ਸੈਮ ਪ੍ਰਜਾਪਤੀ ਅਪਲੌਸ ਫॉर ਸੈਮ ਪ੍ਰਜਾਪਤੀ ਸੈਕਿੰਡ ਰਨਰ ਅਪ फर्स्ट रनर अप तनीषा बंसल पार्टिसिपेट जाना नहीं है हर एक पार्टिसिपेट
ਆਨਰ ਕਰਨ ਲਈ ਹੈ ਸੋ ਕਿਸੇ ਨੂੰ ਚਾਣਾ ਨਹੀਂ ਅੱਗੇ ਨਾ ਜੀ एंड फोर रिजल्ट देने जा रहा मैं मॉर्निंग कैटेगरी अबाउट 14 ईयर्स की रिजल्ट दे रहा हूं कि जिले की सेकंड रनर अप ने यानी कि थर्ड प्लेस जिन्होंने विन किया दैट्स प्रीति जी प्रीति जी सारी कुछ देखिए फर्स्ट प्लेस गोज टू मिस्टर करण